ਤਾਂ ਵਿਆਹ ਕੇ ਚਲੀ ਗਈ ਪਰ ਮੈਂ ਤਾਂ ਇਸ ਘਰ ਦੇ ਵਿੱਚ ਇਕੱਲੀ ਰਹਿ ਗਈ। ਮਾੜੀ ਮੋਟੀ ਸ਼ਰਮ ਤਾਂ ਕਰ ਲਓ। ਉਹ ਮੁੰਡਾ ਮਿੰਦੋ ਨੂੰ ਭੈਣ ਕਹਿੰਦਾ। ਜਿਹੜਾ ਪਿਓ ਵਿਆਹ 'ਚ ਨਹੀਂ ਸ਼ਾਮਲ ਹੋਇਆ ਉਹ ਮੁੰਡੇ ਦੀ ਗੱਡੀ 'ਚ ਸ਼ਾਮਲ ਹੋ ਜਾਊਗਾ। ਵਕੀਲ ਨੂੰ ਫੋਨ ਕਿਉਂ ਕੀਤਾ ਤੁਸੀਂ? ਕੀ ਕਰਨ ਲੱਗੇ ਹੋ? ਕੋਰਟ ਮੈਰਿਜ। ਮੀਤੇ ਐਡਾ ਘਾਟਾ ਪੈ ਹੀ ਨਹੀਂ ਸਕਦਾ। ਚੱਲ ਆ ਪਹਿਲਾਂ ਮੈਨੂੰ ਹਿਸਾਬ ਦਿਖਾ। ਮਿੰਦੋ, ਇਹ ਮਿੰਦੋ। ਹਾਂ, ਕੀ ਹੋਇਆ? ਆ ਮੰਜਾ ਕਾਹਤੇ ਚੱਕੀ ਆਉਂਦੀ ਆ ਤੂੰ? ਉਹ ਬਾਅਦ ਚ ਦੱਸਦੀ ਆ, ਪਹਿਲਾਂ ਮੰਜਾ ਉਧਰ ਲੈ ਕੇ ਚੱਲ। ਉਧਰ ਵੀ ਲੈ ਚੱਲਦੇ ਆ, ਮੈਨੂੰ ਗੱਲ ਤਾਂ ਦੱਸ ਦੇ ਕੀ ਆ। ਲੈ ਆ ਗਿਆ ਹੁਣ ਇੱਧਰ, ਹੁਣ ਦੱਸ। ਦੱਸਣਾ ਕੀ ਆ, ਮੈਂ ਨਾ ਇੱਕ ਤਰਕੀਬ ਲਈ ਆ। ਕਿਰਨ ਭੈਣ ਤੇ ਜੀਜਾ ਜੀ ਦੇ ਆਉਣ ਤੋਂ ਪਹਿਲਾਂ ਆਪਾਂ ਮੰਜੇ ਤੇ ਚਾਦਰ ਵਿਛਾ ਦਿੰਦੇ ਆ। ਬਾਣ ਤਾਂ ਹੈ ਨੀ, ਜੀਜਾ ਬੈਠੂ ਦੜੰਮ ਦੇ ਕੇ ਗਿਰੂ, ਦੇਖੀ ਕਿੰਨਾ ਮਜ਼ਾ ਆਊਗਾ। ਚਲੋ ਕਮਲੀਓ, ਇਹ ਤਾਂ ਪੁਰਾਣਾ ਰਿਵਾਜ ਆ। ਅੱਜ ਕੱਲ ਦੇ ਪਰਾਉਣੇ ਤਾਂ ਬਾਲੇ ਸਿਆਣੇ ਆ, ਪਹਿਲਾਂ ਚੱਕ ਕਰਦੇ ਆ। ਕੁਛ ਨਵਾਂ ਸੋਚੋ। ਨਵਾਂ ਤਾਂ ਚਾਚੀ ਇਹੀ ਹੋਊਗਾ, ਫਿਰ ਆਪਾਂ ਮੰਜੇ ਤੇ ਬਿਠਾਉਂਦੇ ਹੀ ਨੀ, ਮੰਜਾ ਹੀ ਉੱਪਰ ਸਿੱਟ ਦਿੰਨੇ ਆ। ਨੀ ਸ਼ੁਭ ਸ਼ੁਭ ਬੋਲ, ਪਰਾਉਣੇ ਦੀ ਸੇਵਾ ਕਰਨੀ ਕੋ ਤਾਂ ਸਿਰ ਪਾੜਨਾ ਆ। ਫਿਰ ਆਪਾਂ ਐਂ ਕਰਦੇ ਆ, ਰੋਟੀ 'ਚ ਤੇ ਮਠਿਆਈ 'ਚ ਮਿਰਚਾਂ ਪਾ ਦਿੰਨੇ ਆ, ਫਿਰ ਜਦੋਂ ਪਾਣੀ ਮੰਗੂਗਾ ਨਾ, ਪਾਣੀ ਗਰਮ ਲਿਆ ਕੇ ਦਵਾਂਗੇ, ਹੋਰ ਮਿਰਚਾਂ ਲੱਗਣਗੀਆਂ। ਨਵੀਂ ਮੈਂ ਨਾ ਹਾਂ ਹੱਥ ਦੋ ਵਾਰੀ ਪਿੱਛੇ ਘਮਾਉਣਾ ਤੇ ਤੀਜੀ ਵਾਰ ਨਾ ਤੇਰੇ ਮੂੰਹ ਦੇ ਉੱਤੇ ਮਾਰਨਾ। ਕੁਛ ਨਹੀਂ ਕਰਨਾ ਏਦਾਂ ਦਾ। ਕੀ ਆ, ਮਜ਼ਾਕ ਤਾਂ ਕਰਨਾ ਹੀ ਆ। ਨਹੀਂ ਕਰਨਾ ਮਜ਼ਾਕ, ਤੇ ਸੁਣਿਆ ਨਹੀਂ ਸੀ ਜਦੋਂ ਕਿਰਨ ਭੈਣ ਦੀ ਵਿਦਾਈ ਹੋ ਰਹੀ ਸੀ, ਜੀਜੇ ਜੀ ਨੇ ਮੈਨੂੰ ਭੈਣ ਕਿਹਾ ਸੀ, ਤੇ ਮੈਂ ਆਪਣੇ ਭਰਾ ਨਾਲ ਮਜ਼ਾਕ ਕਰਦੀ ਚੰਗੀ ਲੱਗਦੀ ਆ? ਤੂੰ ਨਾ ਕਰੀ ਮਜ਼ਾਕ, ਤੈਨੂੰ ਭੈਣ ਕਿਹਾ ਸੀ, ਮੈਨੂੰ ਥੋੜੀ, ਮੈਂ ਤਾਂ ਮਜ਼ਾਕ ਕਰ ਹੀ ਸਕਦੀ ਆ। ਤੂੰ ਹੀ ਰਿਸ਼ਤਿਆਂ ਦੀ ਖਿਚੜੀ ਬਣਾਈ ਜਾਂਦੀ ਆ। ਉਹ ਜਦੋਂ ਮੈਂ ਬੀਰਾ ਕਹੂੰਗੀ, ਤੂੰ ਜੀਜਾ ਕਹੇਗੀ, ਰਿਸ਼ਤੇ ਨਾ ਉਲਟ ਪੁਲਟ ਹੋ ਜਾਣੇ ਆ। ਉਹ ਰਿਸ਼ਤੇ ਤਾਂ ਤੂੰ ਉਲਟ ਪੁਲਟ ਕਰਦੀ ਪਈ ਆ। ਜੇ ਜੀਜਾ ਹੀ ਆਪਣਾ ਭਰਾ ਲੱਗਿਆ, ਫਿਰ ਉਹ ਕਿਰਨ ਭੈਣ ਦਾ ਕੀ ਲੱਗਿਆ? ਨੀ ਕੀ ਫਾਲਤੂ ਦੀਆਂ ਕਮਲੀਆਂ ਮਾਰੀ ਜਾਂਦੀ ਹੋ, ਜਿਹੜਾ ਕੰਮ ਕਿਹਾ ਉਹ ਕਰ ਲੋ। ਕਿਹੜਾ ਕੰਮ ਕਿਹਾ ਮੰਮੀ? ਸਾਨੂੰ ਤਾਂ ਕੋਈ ਕੰਮ ਕਿਹਾ ਹੀ ਨਹੀਂ। ਭਾਂਡੇ ਧੋਤੇ, ਕੱਪੜੇ ਕਰਤੇ, ਬਿਸਤਰੇ ਵਿਛਾਤੇ, ਚਾਦਰਾਂ ਝਾੜਤੀਆਂ, ਰੋਟੀ ਸਬਜ਼ੀ ਚਾਚੀ ਬਣਾਊਗੀ, ਝਾੜੂ ਤੇ ਲਾ ਦੋ। ਸਾਰੇ ਕੰਮ ਹੁਣ ਮੈਂ ਹੀ ਕਰਾਂ, ਤੇ ਤੂੰ ਹੁਣ ਕੋਈ ਮਜ਼ਾਕ ਨਹੀਂ ਕਰਨਾ। ਤੂੰ ਨਹੀਂ ਕਰਨਾ, ਨਾ ਕਰ, ਮੈਂ ਤਾਂ ਕਰੂੰਗੀ। ਚੁੱਪ ਕਰੋ ਨੀ, ਤੁਹਾਡੀ ਗੱਲ ਦਾ ਕੋਈ ਮੂੰਹ ਨੀ ਕੋਈ ਸਿਰਾ ਨੀ, ਉਹੀ ਕਢਵਾਸ ਪਾਇਆ ਆ। ਆਉਣ ਵਾਲੇ ਨੇ ਉਹ, ਛੇਤੀ ਛੇਤੀ ਕੰਮ ਨਿਬੇੜੋ ਜਿਹੜੇ ਕਰਨ ਵਾਲੇ ਨੇ। ਲੱਗਦਾ ਆ ਗਏ। ਦੇਖ ਲਿਆ ਤੇਰੇ ਜੀਜੇ ਨੇ ਮੰਜਾ, ਹੁਣ ਦੱਸ ਕੀ ਜਵਾਬ ਦੇਂਗੀ? ਇਹ ਮੰਜਾ ਮੇਰੇ ਲਈ ਲਿਆਂਦਾ ਨਾ ਤੁਸੀਂ, ਚਾਦਰ ਪਾ ਕੇ ਸਿੱਟਣਾ ਹੋਣਾ ਮੈਨੂੰ। ਉਹ ਨਹੀਂ ਨਹੀਂ ਵੀਰੇ, ਸਿੱਟਣ ਵਾਸਤੇ ਥੋੜੀ, ਇਹ ਤਾਂ ਅਸੀਂ ਬੁਣਨ ਵਾਸਤੇ ਕੱਢਿਆ ਸੀ। ਸੁੱਖ ਨਾਲ ਹੁਣ ਤੁਸੀਂ ਵੀ ਆਇਆ ਜਾਇਆ ਕਰੋਗੇ, ਫਿਰ ਬੈਠਣਾ ਵੀ ਆ, ਪੈਣਾ ਵੀ ਆ ਰਾਤ ਨੂੰ, ਉਹਦੇ ਲਈ ਮੰਜਾ ਤਾਂ ਚਾਹੀਦਾ ਚਾਹੀਦਾ ਕਿ ਨਹੀਂ? ਹੁਣ ਸਾਰੀਆਂ ਗੱਲਾਂ ਖੜਾ ਕੇ ਹੀ ਕਰਨੀਆਂ ਨੇ। ਅੱਜ ਪੁੱਤ ਤੁਸੀਂ ਬੈਠੋ, ਅੱਜ ਕਮਾਲ
किरण भैने होर फिर तेरा सोहरा परिवार तेनू किवें दा लग्या? किसी ने तंग तो नहीं किया? जीजा जी इहदे कहण दा मतलब आ तुहानू किरण भैन दा सुभाअ किहो जिहा लग्या? ठीक आ, सुभाअ तां वधिया। ओए तुसी की आपदे जीजे नू सवाल जे पुछी जाने हो? घर दे जवाई नू सवाल घट पुछी दे ने, चाह पानी वध पुछी दा। जाओ रसोई च जाओ, चाह पानी बनाओ। तू इधर आ। होर पुत तू बिल्कुल ही चुप चाप बैठी आ। की बोला मम्मी? वैसे चुप बैठी हाँ। ओ मावा तियां दी सौ गल हुंदी आ, पुराने सामने संग दी होनी आ। जा धीए अंदर चली जा, मां नाल बह के दोनों दुख सुख कर लो आपदा। चल किरण पुत आप अंदर चलते हैं। जीजा जी बच के रहो किरण भैन तो, काला जादू आंदा है नू। तू कुछ सुन ना खाली, लगी काले जादू दी ओ तैं सिखाया। ओए हुण तुसी फेर शुरू हो गया, जाओ जाके उत्थे काम करो। अद्धा गब्बर ता ना तेरी मां च बोलदा। किरण पुत तू ठीक ता है? ब्याह करा के खुश ता हैगी है तू? सौरा परिवार तेरा ठीक आ? हाँ मम्मी मैं भी बिल्कुल ठीक हाँ, ते ब्याह करा के खुश भी हाँ, ते मेरा सौरा परिवार भी बहुत बढ़िया। फिर तू जदों दी आई हाँ चुप चुप आ, सच सच दस पुत तेनू कोई टेंशन तो नहीं? टेंशन तो कोई नहीं मम्मी, पर जदों दी मैं इस घर विच आई हाँ मेरिया नज़र बस बापू नू लभ दियां ने। बापू मैनू अज भी किते नहीं दिसिया। बापू कित्थे आ मम्मी? पुत तेरे बापू ना किसे काम ते गए हुए ने, बस थोड़ी देर तक आ जाएंगे। किन्ने पर्दे पाएंगी मम्मी हो? तू ता मेरी माँ, मैनू चंगी तरह पता तू सच बोल दियां ते झूठ बोल दियां। हुण ता मेरा ब्याह भी हो गया, बापू हुण भी मैनू इन्नी नफरत करदा, मेरे आने तो पहला ही इस घर चो चलिया गया। मैनू तो भूआ वाली गल सुन के इदा लगता सी कि बापू का गुस्सा बस मेरे ब्याह तक रहूगा, कि ब्याह तो पहला मैं कोई गलत कदम ना चक ला। पर हुण हुण तो मैं बापू की मर्जी नाल ब्याह कराया, जिथे मेरा रिश्ता पक्का किया चुप चाप ब्याह करा लिया बिना कोई सवाल किए। हुण मम्मी इन्नी नफरत क्यों करदा बापू? वो तो तू गलत समझदी रही, जे यही गल हुंदी ना तो मैं तेनू 18 साल की नू ही ब्याह दिंदी, ताकि तेनू तेरे प्यो का प्यार मिल जाता। मैं तेनू 22 साल की ना करदी, तेरी भूआ दे एक गलत कदम चुकन करके तेरे बापू नू कुड़ियां तो ही नफरत होगी, ते हुण इह नफरत कदों प्यार च बदलूगी इह मैनू भी नहीं पता। मम्मी तुस तो बड़े आराम नाल कहता, पर मैनू भी एक गल दस दो, मैं अपने सहुरिआं नू की जवाब दवा कि मेरा बापू मेरे ब्याह च क्यों नहीं आया, ते हुण फेरा पाउण दे टाइम भी बापू नहीं आया। नहीं कुड़िए हौली बोल, बाहर तक आवाज आउंदी है, जे परौणे ने सुन लिया की सोचूगा? की सोचूगा? बापू ने इस घर विच ना देख के भी बहुत कुछ सोचूगा, पर मैनू एक गल दसो बापू हैगा कित्थे आ? की आ यार ये, एडा घाटा पै किवें गया? ओ वीरे मैनू तो आप नहीं समझ पई ये इन्ना घाटा पिया किवें। ओ किरण दे विआह तां पहलां सब कुछ सही सीगा, मैं चेक कीता। ओ किहड़ा नाल लै गई अपने, 5 लाख दा घाटा थोड़ा नहीं हुंदा। ओ वीरे पता मैनू, ओ हुण जिहड़ा नफा नुकसान होया आपां बाद च देख लांगे। उधर देखो किरण ते परौणा पहली वारी फेर पाउण आए ने, ओ आपां पहलां उहनां नूं ना मिल लईए। ओ मैनू कम दी टेंशन, तैनू उहनां दी टेंशन, तू जाके मिल ला, मेरा पुछणगे कह दी कम ते गया होया। आ की गल होई वीरे, ओ धी ते जवाई ओ पहली वारी फेरा पाउण आया विआह तों बाद, ते तुसीं कहिंदे मिलणा नहीं, ओ अपने बारे की सोचूगा कि बाप विआह ते भी है नहीं सी ते मुड़दी गड्डी वाले भी है नहीं घरे? जिन्हें जो सोचना सोची जावे, अगलिया ने विआह मंगिया सी देता, सारी जिंदगी का मेरा ठेका नहीं लिया होया। वीरे ठेका नहीं हुंदा,
ਸਗੋਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਤੁਸੀਂ ਕਹਿੰਦੇ ਵਿਆਹ ਕਰਤਾ ਵੀ ਜ਼ਿੰਮੇਵਾਰੀਆਂ ਖਤਮ ਹੋ ਗਈਆਂ, ਉਹ ਸਗੋਂ ਵਿਆਹ ਤੋਂ ਬਾਅਦ ਤਾਂ ਜ਼ਿੰਮੇਵਾਰੀਆਂ ਸ਼ੁਰੂ ਹੁੰਦੀਆਂ ਨੇ। ਤੁਸੀਂ ਆਪਣੇ ਫਰਜ਼ਾਂ ਤੋਂ ਭੱਜ ਨਹੀਂ ਸਕਦੇ। ਨਾਲੇ ਵੀਰੇ ਤੁਸੀਂ ਇੱਕ ਗੱਲ ਨਾ ਭੁੱਲੋ, ਉਹ ਤੁਸੀਂ ਧੀ ਦੇ ਪਿਓ ਵੀ ਹੋ ਤੇ ਨਾਲੇ ਹੁਣ ਤੁਸੀਂ ਸਹੁਰੇ ਹੋ। ਉਹ ਤੁਸੀਂ ਵੀਰੇ ਪਿਓ ਵਾਲੇ ਫਰਜ਼ ਤਾਂ ਨਹੀਂ ਨਿਭਾ ਸਕਦੇ, ਉਹ ਘੱਟੋ ਘੱਟ ਉਹ ਸਹੁਰੇ ਵਾਲੇ ਤਾਂ ਫਰਜ਼ ਨਿਭਾ ਲਓ। ਮੈਨੂੰ ਮੱਤਾਂ ਨਾ ਦੇ, ਨਾਲੇ ਮੇਰਾ ਪਿਓ ਨਾ ਬਣ। ਉਹ ਵੀਰੇ ਮੇਰੀ ਕੀ ਔਕਾਤ ਹੈ, ਉਹ ਜਿਹੜੀਆਂ ਮੈਂ ਤੁਹਾਨੂੰ ਮੱਤਾਂ ਦੇਵਾਂ ਉਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਧੀ ਜਵਾਈ ਨੂੰ ਮਿਲ ਲਈਏ। ਤੈਨੂੰ ਵਾਰ ਵਾਰ ਕਹੇ ਤੇ ਸਮਝ ਨਹੀਂ ਆਉਂਦੀ, ਜਦ ਤੈਨੂੰ ਮੈਂ ਕਹਿਤਾ ਮੈਂ ਨਹੀਂ ਮਿਲਣਾ ਤਾਂ ਨਹੀਂ ਮਿਲਣਾ। ਸਤਿ ਸ਼੍ਰੀ ਅਕਾਲ ਡੈਡੀ। ਚਾਚਾ ਜੀ ਸਤਿ ਸ਼੍ਰੀ ਅਕਾਲ। ਆਓ ਪੁੱਤਰਾ, ਤੁਸੀਂ ਕਦੋਂ ਆਏ, ਉਹ ਸਾਨੂੰ ਪਤਾ ਹੀ ਨਹੀਂ ਲੱਗਿਆ। ਸਾਨੂੰ ਤਾਂ ਆਏ 15 ਕੁ ਮਿੰਟ ਹੋ ਗਏ। ਤੁਸੀਂ ਇੱਥੇ ਕੀ ਉੱਚੀ ਉੱਚੀ ਬੋਲਦੇ ਸੀ ਕਿ ਕਿਹਨੂੰ ਨਹੀਂ ਮਿਲਣਾ? ਓਹੋ ਨਹੀਂ ਨਹੀਂ ਪੁੱਤ, ਉਹਨੇ ਇੱਕ ਪਾਰਟੀ ਦਾ ਆਰਡਰ ਸੀਗਾ, ਉਹਨਾਂ ਨੇ ਕੈਂਸਲ ਕਰਤਾ ਤੇ ਅਸੀਂ ਸਾਰਾ ਮਾਲ ਤਿਆਰ ਕਰੀ ਬੈਠੇ ਸੀ। ਉਹਨੂੰ ਕਹਿੰਦੇ ਸੀ ਵੀ ਆਪਾਂ ਮਿਲ ਆਈਏ ਜਾ ਕੇ, ਪਰ ਤੇਰਾ ਬਾਪੂ ਕਹਿੰਦਾ ਮੈਂ ਨਹੀਂ ਮਿਲਣਾ ਉਹਨੂੰ। ਉਹ ਡੈਡੀ ਜੀ ਤੁਸੀਂ ਟੈਨਸ਼ਨ ਨਾ ਲਓ, ਵਪਾਰ 'ਚ ਵਾਧਾ ਘਾਟਾ ਤਾਂ ਚੱਲਦਾ ਹੀ ਰਹਿੰਦਾ। ਤੁਸੀਂ ਤਾਂ ਸਗੋਂ ਇਹ ਸੋਚੋ, ਤੁਹਾਡੇ ਕੋਲ ਤਾਂ ਮਾਲ ਸਟਾਕ 'ਚ ਪਿਆ, ਹੁਣ 1-2 ਰੁਪਏ ਵੱਧ ਲੈ ਕੇ ਵੇਚ ਦਿਓ। ਉਹ ਇਹਦੇ 'ਚ ਆਪਣਾ ਨੁਕਸਾਨ ਨਹੀਂ ਹੋਇਆ, ਸਗੋਂ ਫਾਇਦਾ ਹੀ ਹੋਇਆ। ਆ ਜਾਓ ਉੱਧਰ ਚੱਲਦੇ ਹਾਂ, ਚਾਹ ਬਣੀ ਪਈ ਆ, ਨਾਲੇ ਸਮੋਸੇ ਆਏ ਪਏ ਨੇ। ਹਾਂ ਹਾਂ ਪੁੱਤ ਚੱਲ, ਅਸੀਂ ਹੁਣੇ ਆਉਂਦੇ ਹਾਂ। ਆ ਜਾਓ, ਆ ਜਾ ਵੀਰੇ ਚੱਲੀਏ ਹੁਣ। ਤੇਰੇ ਬਾਪੂ ਇੱਧਰ ਹੀ ਸੀਗੇ ਘਰੇ? ਹਾਂਜੀ ਇੱਧਰ ਹੀ ਸੀਗੇ, ਆਉਂਦੇ ਨੇ ਹੁਣੇ। ਤੇ ਮੈਨੂੰ ਕੰਮ ਯਾਦ ਆ ਗਿਆ, ਮੈਂ ਕੰਮ ਜਾ ਕੇ ਆਇਆ। ਪੁੱਤ ਉਹ ਜ਼ਰੂਰੀ ਕੰਮ ਹੋਣਾ ਤਾਂ ਚਲੇ ਗਏ, ਨਹੀਂ ਤਾਂ ਰੁਕ ਜਾਣਾ ਸੀ। ਚਾਚਾ ਜੀ ਤੁਸੀਂ ਝੂਠ ਨਾ ਬੋਲਿਆ ਕਰੋ, ਤੁਹਾਡੇ ਤੋਂ ਬੋਲਿਆ ਨਹੀਂ ਜਾਂਦਾ। ਬਾਪੂ ਦੀ ਵੀ ਨਾ ਸਮਝ ਨਹੀਂ ਆਉਂਦੀ, ਪਤਾ ਨਹੀਂ ਕਿਉਂ ਗੱਬਰ ਸਿੰਘ ਬਣਿਆ ਰਹਿੰਦਾ। ਇਹ ਗੱਬਰ ਸਿੰਘ ਤਾਂ ਗੁੱਗੂ ਗਿੱਲ ਕਦੋਂ ਬਣੂਗਾ? ਤੂੰ ਚੁੱਪ ਕਰ ਜਾ, ਜੇ ਗੱਬਰ ਸਿੰਘ ਦੇ ਕੰਨਾਂ 'ਚ ਆਵਾਜ਼ ਪਹੁੰਚ ਗਈ ਨਾ ਤੇਰੇ ਦੋਏ ਹੱਥ ਵੱਢੇ ਜਾਣੇ ਆ। ਇਹ ਮੰਮੀ ਕੁਛ ਨਾ ਕਿਹੋ, ਜਿਹੜੀ ਗੱਲ ਕਰਨੀ ਆ ਬਾਅਦ 'ਚ ਕਰਿਓ। ਜੀਜਾ ਜੀ ਆ ਜਾਓ, ਤੁਹਾਨੂੰ ਘਰ ਦਿਖਾਈਏ। ਆ ਜਾਓ ਆ ਜਾਓ, ਉੱਠੋ ਜੀਜੇ ਜੀ, ਇੱਧਰ ਦੀ ਆ ਜਾਓ, ਆਪਾਂ ਪਹਿਲਾਂ ਇੱਧਰ ਦਿਖਾਉਂਦੇ ਹਾਂ। ਆ ਜਾਓ ਪੁੱਤ, ਹੁਣ ਤਾਂ ਕੋਈ ਨਹੀਂ ਹੈਗਾ, ਹੁਣ ਤਾਂ ਬੋਲ ਹੀ ਸਕਦੀ ਹਾਂ। ਤੁਸੀਂ ਜੋ ਮਰਜ਼ੀ ਬੋਲ ਲਓ, ਪਰ ਤੁਹਾਨੂੰ ਪਤਾ ਮੈਂ ਕੀ ਕਹਿਣਾ। ਅੱਗੇ ਤਾਂ ਮੈਂ ਬਾਪੂ ਨੂੰ ਨਿੱਤ ਟੱਕਰਦੀ ਸੀ ਤਾਂ ਮੱਥੇ ਵੱਟ ਪਾ ਲੈਂਦਾ ਸੀ, ਪਰ ਹੁਣ ਹੁਣ ਤਾਂ ਮੈਂ ਕਦੇ ਕਦਾਂ ਹੀ ਮਿਲਣਾ, ਹੁਣ ਤਾਂ ਮੱਥੇ ਤੋਂ ਤਿਉੜੀ ਚੱਕ ਲੈਂਦਾ। ਚਾਚੀ ਤੁਸੀਂ ਕਹਿੰਦੇ ਸੀ ਨਾ ਵੀ ਹੌਲੀ ਬੋਲ, ਕੋਈ ਸੁਣ ਲੂਗਾ। ਹੁਣ ਹੁਣ ਦੱਸੋ ਮੈਂ ਕੀ ਕਰਾਂ, ਸਾਰਾ ਕੁਛ ਉਹਨਾਂ ਨੇ ਆਪਦੀ ਅੱਖੀ ਦੇਖ ਲਿਆ, ਘਰ ਜਾ ਕੇ ਮੈਨੂੰ ਪੁੱਛਣਗੇ, ਮੈਨੂੰ ਇਹ ਦੱਸੋ ਮੈਂ ਕੀ ਜਵਾਬ ਦਊਂਗੀ। ਤੇਰੀਆਂ ਗੱਲਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ। ਤੇਰਾ ਬਾਪੂ ਸਾਰੀ ਉਮਰ ਨਹੀਂ ਸਮਝਿਆ ਤੇ ਨਾ ਹੀ ਉਹਨੂੰ ਸਮਝਾਇਆ ਜਾ ਸਕਦਾ। ਚਲੋ ਠੀਕ ਆ ਮੰਮੀ, ਨਹੀਂ ਸਮਝਾਇਆ ਜਾ ਸਕਦਾ ਤਾਂ ਇੱਕ ਕੰਮ ਕਰੋ, ਸਾਰੇ ਰਿਸ਼ਤੇਦਾਰ ਇਕੱਠੇ ਕਰੋ, ਸਾਰਿਆਂ ਨੂੰ ਇਕੱਠੇ ਕਰਕੇ ਬਾਪੂ ਨੂੰ ਸਮਝਾਓ, ਉਹਨਾਂ ਦੇ ਦਿਮਾਗ 'ਚ ਇਹ ਗੱਲ ਪਾਓ ਕਿ ਜਿੰਨਾ ਦਰਦ ਪੁੱਤਰਾਂ ਨੂੰ ਹੁੰਦਾ ਨਾ ਓਨਾ ਦਰਦ ਧੀਆਂ ਨੂੰ ਵੀ ਹੁੰਦਾ। ਕਿਰਨ ਹੁਣ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਹੈਗਾ? ਮੈਂ ਬਸ ਇਹੀ ਚਾਹੁੰਦੀ ਹਾਂ ਤੂੰ ਆਪਣੇ ਘਰ ਖੁਸ਼ ਰਹੇ।
घर तो वाकई सोहना बी। किरण आप चलीए हूँ, नहीं तो शाम पै जानी है। हाँ जी ठीक है, चलो चंगा मम्मी, ध्यान रखी। अच्छा अच्छा, वो माँ नू भी मिल ली, चाची नू भी मिल ली, मेनू भी मिल ला, मैं भी हैगी हाँ, आउंदी रही। चंगा नवी, ठीक है।